आप देख रहे हैं अर्थ प्रकाश। आइए नजर डालते हैं आज की कुछ खास खबर। नमस्कार दोस्तों, स्वागत है आपका सर्वे के अंदर। आपने लगे तस्वीरों में देखा कि कहाँ से लोग भीड़ में लग रहे हैं, ਕਿੰਨੇ ਕੁ ਭੁਲੰਗ ਜਿਹੜੇ ਆਉਂਦੇ ਆ ਜੀ? ਹੌਲੀ ਹੌਲੀ ਪਹਿਲੇ ਰਾਤੇ ਤੋਂ ਘੱਟ ਸੀ ਭੀੜ ਜੀ, ਹੌਲੀ ਹੌਲੀ ਮਤਲਬ ਕਿ ਵੱਧਦੀ ਗਈ ਹੈ ਔਰ ਪਹਿਲੇ ਰਾਤੇ ਤੋਂ ਬਾਅਦ ਮਤਲਬ ਕਿ ਜ਼ਿਆਦਾ ਭੀੜ ਹੋ ਜਾਂਦੀ ਹੈ ਜੀ। ਵਧੀਆ ਮਤਲਬ ਕਿ ਭੀੜ ਹੁੰਦੀ ਹੈ ਜੀ, ਬਹੁਤ ਵਧੀਆ ਮਤਲਬ ਕਿ 12 ਨੋਰਮਲੀ 11:30-12 ਵੱਜ ਜਾਂਦੀ ਹੈ ਜੀ। ਆਪਾਂ ਵੀ ਜੀ ਬਨੂੜ ਤੋਂ ਹੈ, ਸਾਰੇ ਬਨੂੜ ਤੋਂ ਹੈ ਜੀ, ਚਾਚੇ ਤਾਏ ਦੇ ਮੁੰਡੇ ਸਾਰੇ ਅੱਗੇ ਉੱਤਮ ਫੈਮਿਲੀ ਬਨੂੜ ਤੋਂ ਆਉਂਦੀ ਹੈ ਜੀ। ਬਚਪਨ ਤੋਂ ਮਤਲਬ ਕਿ ਸੇਵਾ ਕਰ ਰਹੇ ਹਾਂ, ਬਹੁਤ ਛੋਟੇ ਹੁੰਦੇ ਸੀ ਜੀ, ਪਹਿਲਾਂ ਦਾਦਾ ਜੀ ਆਉਂਦੇ ਸੀ, ਫਿਰ ਮੰਮਾ ਪਾਪਾ ਆਉਂਦੇ ਸੀ, ਫਿਰ ਅੱਗੇ ਅਸੀਂ ਯਾਰ ਨੇ ਸੇਵਾ ਕਰ ਰਹੇ ਹਾਂ। ਕਿੱਦਾਂ ਫੀਲ ਹੋ ਰਿਹਾ ਸੇਵਾ ਕਰਦੇ ਜਾਂ ਕਰਾਂਗੇ ਫੋਨ ਜੀ ਆਪਾਂ ਹੁੰਦੇ ਹੋ ਪ੍ਰਸ਼ਾਦ ਜਿਹੜੇ ਆਉਂਦੇ ਨੇ ਉਹ ਕਰਦੇ ਜਿਹੜੇ ਕੱਢਣਾ ਬਣੀ ਗਏ ਆਪਣੇ ਮਾਂ ਜੀ ਚੱਕਣਾ ਬੜਾ ਔਖਾ ਹੈ ਤਾਂ ਉਸ ਲਈ ਨਹੀਂ ਜੀ ਇਹ ਕੁਝ ਔਖਾ ਨਹੀਂ ਹੈ ਜੀ, ਬਲਕਿ ਬਹੁਤ ਮਜ਼ਾ ਆਉਂਦਾ ਔਰ ਸਾਰੀ ਥਕਾਵਟ ਬਹੁਤ ਦੂਰ ਰਹਿੰਦੀ ਹੈ ਜੀ, ਸਾਰੀ ਟੈਨਸ਼ਨ ਤੋਂ ਫਰੀ ਹੁੰਦਾ, ਇੰਨੀ ਮਾਤਾ ਦੀ ਕਿਰਪਾ ਹੈ, ਜੇ ਨਾ ਆਈਏ ਨਾ ਤਾਂ ਕਦੇ ਸਬਰ ਨਹੀਂ ਆਉਂਦਾ ਘਰੇ ਜੀ, ਕਿਉਂਕਿ ਸਾਡਾ ਵੀ ਸੇਵਾ ਕਰਨ ਦਾ ਮਨ ਕਰਦਾ ਹੈ ਜੀ। ਤੁਹਾਨੂੰ ਕਿੱਦਾਂ ਦਾ ਬਹੁਤ ਵਧੀਆ ਜੀ, ਬਹੁਤ ਮਾਤਾ ਰਾਣੀ ਆਪਣੇ ਆਪ ਗਾਉਂਦੀ ਜੋ ਹੁੰਦਾ ਜੀ, ਕੀ ਕਹਿਣਾ ਚਾਹੋਗੇ ਨਵਰਾਤਰਾਂ ਨੂੰ ਲੈ ਕੇ? ਭਾਅ ਜੀ ਬਹੁਤ ਵਧੀਆ, ਰਸ਼ ਹੈ ਬਹੁਤ, ਲੰਗਰ ਚੱਲਦਾ ਪਿਆ, ਸਭ ਕੁਝ ਵਧੀਆ ਹੋ ਰਿਹਾ ਜੀ ਮਾਤਾ ਜੀ। ਤੁਹਾਡੀ ਮਨੋਕਾਮਨਾ ਪੂਰੀ ਹੋਈ ਭਾਅ ਜੀ? ਹਾਂਜੀ ਹਾਂਜੀ ਬਿਲਕੁਲ, ਆਪਣੇ ਆਪ ਕਰੋਗੇ ਮਾਤਾ ਰਾਣੀ ਜੀ। ਕੀ ਨਾਮ ਹੈ ਤੁਹਾਡਾ? ਕੀ ਕਹਿਣਾ ਚਾਹੂੰਗੀ? ਬਹੁਤ ਵਧੀਆ ਵੀਰੇ, ਚੰਗਾ ਲੱਗਦਾ ਇੱਥੇ ਆ ਕੇ, ਬਹੁਤ ਸਾਰੀ ਭੀੜ ਹੈ ਨਰਾਤਰਾ ਦੇ ਨਾਮ ਤੋਂ, ਜਿਵੇਂ ਆਉਂਦੇ ਆ ਲੋਕ ਦਰਸ਼ਨ ਕਰਕੇ ਜਾਂਦੇ ਆ, ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਲੰਗਰ ਛੱਕ ਕੇ ਜਾਂਦੇ ਆ, ਹਰ ਟਾਈਮ ਲੰਗਰ ਚੱਲ ਰਿਹਾ। ਭਾਅ ਜੀ ਇੱਕ ਸਵਾਲ ਹੈਗਾ, ਤੁਸੀਂ ਕਾਰ ਕਰਨ ਬੈਠ ਸਕਦੇ ਇੱਥੇ, ਬੇਸਿਕਲੀ ਕਿੱਥੋਂ ਕਿੱਥੋਂ ਲੋਕ ਜਿਹੜੇ ਆਉਂਦੇ ਨੇ? ਭਾਅ ਜੀ ਪੂਰੇ ਵਰਲਡ 'ਚ ਕਹਿ ਸਕਦੇ ਆਪਾਂ, ਪੂਰੇ ਵਰਲਡ ਤੋਂ ਆਉਂਦੇ ਆ ਜੀ। ਤੁਹਾਨੂੰ ਕਿੱਥੇ ਕਿੱਥੇ ਤੋਂ ਲੋਕ ਟੱਕਰੇ? ਇੱਥੇ ਤਾਂ ਗੋਰੇ ਵੀ ਆਉਂਦੇ ਆ ਜੀ, ਉਹ ਵੀ ਲੰਗਰ ਖਾ ਕੇ ਜਾਂਦੇ ਆ ਜੀ, ਬਲਕਿ ਹਰੇਕ ਏਰੀਏ ਦੇ ਤੁਸੀਂ ਕਹਿ ਸਕਦੇ ਹੋ ਜੀ, ਐਕਟਰ ਮਾਡਲ ਸਾਰੇ ਆਉਂਦੇ ਹੈਗੇ ਇੱਥੇ ਜੀ, ਹਰੇਕ ਬੰਦਾ ਆਉਂਦਾ ਹੈਗਾ, ਮਾਤਾ ਰਾਣੀ ਦੇ ਦਰਸ਼ਨ ਕਰਕੇ ਜਾਂਦਾ, ਦੂਰ ਦੂਰ ਤੋਂ ਲੋਕ ਨੰਡੌਤਾ ਕਰਕੇ ਆਉਂਦੇ ਆ ਜੀ, ਬਹੁਤ ਵਧੀਆ ਮਤਲਬ ਕਿ ਅੱਛਾ ਲੱਗਦਾ ਹੈ। ਕਿੰਨੀ ਦੇਰ ਸੇਵਾ ਕਰਦੇ ਹੋ ਜੀ? ਅਸੀਂ ਹੁਣ ਚਾਚਾ ਜੀ ਦਾ ਬੇਟਾ ਹੈਗਾ, ਸਵੇਰੇ ਸ਼ਾਮ ਅਸੀਂ 9-10 ਵਜੇ ਆ ਜਾਂਦੇ ਹਾਂ ਜੀ, ਕੱਲ੍ਹ ਨੂੰ 12-1 ਵਜੇ ਜਾਂਦੇ, 2-2 ਵਜੇ ਤੱਕ ਅਸੀਂ ਸਫਾਈ ਕਰਕੇ ਫਿਰ ਘਰ ਜਾਂਦੇ ਹਾਂ, ਸਵੇਰੇ ਫਿਰ ਆ ਜਾਂਦੇ ਹਾਂ ਜੀ। ताज़ा अपडेट्स व बड़ी खबरों के लिए सब्सक्राइब करें अर्थ प्रकाश टीवी और बेल आइकन दबाना ना भूलें।